ਤਿੰਨ ਮਹੀਨਾ ਪਹਿਲਾਂ ਉਹਨੂੰ ਚੜ੍ਹਨ ਵਾਸਤੇ ਗਏ ਸੀ, ਸਾਰੇ ਖੁਸ਼ੀ ਖੁਸ਼ੀ ਚੜ੍ਹ ਕੇ ਆਏ। ਕੰਮ 'ਤੇ ਜਾਂਦੇ ਜਾਂਦੇ ਰੋਡ ਕਰੋਸ ਕਰਨ ਲੱਗਿਆ, ਗੱਡੀ ਦੀ ਲਪੇੜ ਦੇ ਵਿੱਚ ਆ ਗਿਆ। ਸਾਡਾ ਬੱਚਾ ਸਾਡੇ ਕੋਲ ਆ ਜਾਵੇ, ਅਸੀਂ ਆਪਣੇ ਬੱਚੇ ਦਾ ਮੂੰਹ ਦੇਖ ਸਕੀਏ। ਮਾਪਿਆਂ ਦੇ ਜਵਾਨ ਪੁੱਤ ਦੀ ਵਿਦੇਸ਼ ਦੇ ਵਿੱਚ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਰੋਂਦਾ ਕੁਰਲਾਉਂਦਾ ਵਿਰਲਾਪ ਕਰਦਾ ਪਰਿਵਾਰ ਚੱਲ ਨਹੀਂ ਹੋ ਰਿਹਾ। ਹਾਲੇ ਡੇਢ ਮਹੀਨੇ ਪਹਿਲਾਂ ਹੀ ਖੁਸ਼ੀ ਖੁਸ਼ੀ ਆਪਣੇ ਪੁੱਤ ਨੂੰ ਦਿੱਲੀ ਏਅਰਪੋਰਟ ਤੋਂ ਜਹਾਜ਼ ਚੜ੍ਹਾ ਕੇ ਆਏ ਸੀ ਕਿ ਹੁਣ ਉਸ ਦੀ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਹੋਵੇਗੀ, ਪਰ ਡੇਢ ਮਹੀਨਾ ਬਾਅਦ ਹੀ ਅਜਿਹੀ ਮੰਦਭਾਗੀ ਖਬਰ ਆਈ ਕਿ ਪੂਰਾ ਪਰਿਵਾਰ ਰੋ ਰਿਹਾ ਹੈ। ਪਰਮਵੀਰ ਸਿੰਘ ਦੀ ਇਟਲੀ ਦੇ ਵਿੱਚ ਮੌਤ ਹੋ ਗਈ ਹੈ। ਮਹਿਜ਼ 24 ਸਾਲ ਦੀ ਉਮਰ ਦੇ ਵਿੱਚ ਪਰਮਵੀਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਗਿਆ। ਪਰਿਵਾਰ ਦੇ ਮੁਤਾਬਕ ਉਹਨਾਂ ਨੂੰ ਫੋਨ ਆਇਆ ਅਤੇ ਉਹਨਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਜਦੋਂ ਉਹ ਡਿਊਟੀ 'ਤੇ ਜਾ ਰਿਹਾ ਸੀ, ਸੜਕ ਪਾਰ ਕਰ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਦੇ ਵਿੱਚ ਆ ਗਿਆ। ਤਿੰਨ ਦੋਸਤ ਸੀ ਜਿਨ੍ਹਾਂ ਦੇ ਵਿੱਚੋਂ ਪਰਮਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੜਕ ਹਾਦਸੇ ਦੇ ਵਿੱਚ ਪਰਮਵੀਰ ਸਿੰਘ ਦੀ ਜਾਨ ਚਲੀ ਗਈ। ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਹੁਣ ਪਰਿਵਾਰ ਰੋਂਦਾ ਚੱਲ ਨਹੀਂ ਹੋ ਰਿਹਾ। ਪਰਿਵਾਰ ਦੇ ਜੀ ਕਹਿ ਰਹੇ ਨੇ ਕਿ ਸਾਡਾ ਬੱਚਾ ਬਹੁਤ ਹੀ ਲਾਇਕ ਸੀ ਅਤੇ ਡੇਢ ਮਹੀਨੇ ਪਹਿਲਾਂ ਹੀ ਖੁਸ਼ੀ ਖੁਸ਼ੀ ਉਸ ਨੂੰ ਭੇਜ ਕੇ ਆਏ ਸੀ, ਪਰ ਹੁਣ ਇਹ ਮੰਦਭਾਗੀ ਖਬਰ ਆ ਗਈ ਅਤੇ ਹੁਣ ਇਹ ਪਰਿਵਾਰ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਦੇਖਣ ਲਈ ਤਰਸ ਰਿਹਾ ਹੈ। ਖੰਨਾ ਦਾ ਪਿੰਡ ਸਲੌਦੀ ਹੈ, ਜਿੱਥੋਂ ਦਾ ਇਹ ਨੌਜਵਾਨ ਡੇਢ ਮਹੀਨੇ ਪਹਿਲਾਂ ਇਟਲੀ ਗਿਆ ਸੀ ਚੰਗੇ ਰੁਜ਼ਗਾਰ ਦੀ ਭਾਲ ਦੇ ਵਿੱਚ, ਪਰ ਨਹੀਂ ਸੀ ਪਤਾ ਕਿ ਡੇਢ ਮਹੀਨੇ ਬਾਅਦ ਹੀ ਉਸ ਦੀ ਇਸ ਢੰਗ ਦੇ ਨਾਲ ਮੌਤ ਹੋ ਜਾਵੇਗੀ। ਅਤੇ ਹੁਣ ਪਰਿਵਾਰ ਪਰਮਵੀਰ ਸਿੰਘ ਦੀ ਮ੍ਰਿਤਕ ਦੇਹ ਉਡੀਕ ਰਿਹਾ ਹੈ ਤਾਂ ਜੋ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖ ਸਕਣ ਅਤੇ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ। ਬਹੁਤ ਲਾਇਕ ਬੱਚਾ ਸੀ ਸਾਡਾ, ਡੇਢ ਮਹੀਨਾ ਪਹਿਲਾਂ ਉਹਨੂੰ ਚੜ੍ਹਨ ਵਾਸਤੇ ਗਏ ਸੀ, ਸਾਰੇ ਖੁਸ਼ੀ ਖੁਸ਼ੀ ਚੜ੍ਹ ਕੇ ਆਏ, ਪਰ ਕੱਲ੍ਹ ਸਾਨੂੰ ਜਦੋਂ ਪਤਾ ਲੱਗਿਆ ਸਾਡੇ ਕਹਿ ਦੁੱਖਾਂ ਦੀ ਘੜੀ ਸਾਡੇ ਸਿਰ 'ਤੇ ਪਈ, ਸਾਡੇ ਪਰਿਵਾਰ ਨੂੰ ਬਹੁਤ ਬੜਾ ਘਾਟਾ ਪਿਆ। ਮੇਰੀ ਐਤਵਾਰ ਵਾਲੇ ਦਿਨ ਇੱਕ ਦਿਨ ਪਹਿਲਾਂ ਪੂਰਾ ਹੋਣ ਤੋਂ ਪਹਿਲਾਂ ਹੋਈ, ਬਹੁਤ ਖੁਸ਼ ਸੀ, ਕੋਈ ਤਕਲੀਫ ਨਹੀਂ ਸੀ। ਕੰਮ 'ਤੇ ਜਾ ਰਿਹਾ ਸੀਗਾ, ਕੰਮ 'ਤੇ ਜਾਂਦੇ ਜਾਂਦੇ ਰੋਡ ਕਰੋਸ ਕਰਨ ਲੱਗਿਆ, ਗੱਡੀ ਦੀ ਲਪੇੜ ਦੇ ਵਿੱਚ ਆ ਗਿਆ। ਇਹਦੀਆਂ ਡੱਡ ਵਾਢੀ ਦੀਆਂ ਫੋਟੋਆਂ ਵੀ ਭੇਜੀਆਂ ਨੇ ਉਹਨਾਂ ਨੇ। ਕੰਮ 'ਤੇ ਜਾ ਰਿਹਾ ਸੀ ਅਤੇ ਪਿੱਛੋਂ ਗੱਡੀ ਨੇ ਫੇਟ ਮਾਰੀ। ਕਿੰਨਾ ਕੁ ਚਿਰ ਪਹਿਲਾਂ ਗਿਆ ਸੀ? ਡੇਢ ਮਹੀਨਾ ਹੋ ਗਿਆ ਜੀ। ਉਮਰ ਕਿੰਨੀ ਕੀਤੀ ਬੱਚੇ ਦੀ? ਉਮਰ 23 ਸਾਲ ਦੇ ਲਗਭਗ। ਤੁਹਾਡਾ ਕੀ ਲੱਗਦਾ? ਮੇਰਾ ਭਤੀਜਾ ਜੀ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੂੰ ਬੋਡੀ ਲਿਆਉਣ ਦੇ ਵਿੱਚ ਪ੍ਰੋਸੈਸ? ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ। ਲਾਸਟ ਟਾਈਮ ਕਦੋਂ ਉਹਦਾ ਫੋਨ ਵਗੈਰਾ ਕਦੋਂ ਗੱਲ ਹੋਈ? ਇੱਕ ਦਿਨ ਪਹਿਲਾਂ ਹੋਈ ਆ ਜੀ। ਕੀ ਕਹਿੰਦਾ ਸੀ? ਕੁਛ ਸੀ? ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ, ਕੋਈ ਗੱਲਬਾਤ ਨਹੀਂ ਜੀ। ਹਾਂ ਜੀ। ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ?
ਦੋ ਭਤੀਜੇ ਸੀ, ਇੱਕ ਭਤੀਜਾ ਬਾਹਰ ਚਲ ਗਿਆ ਸੀ, ਇੱਕ ਇੱਥੇ ਆਈ। ਉਹ ਤਾਂ ਖੇਤੀਬਾੜੀ ਕਰਦਾ ਜੀ। ਹਾਂਜੀ, ਇਹ ਕਿੰਨਾ ਸਮਾਂ ਪਹਿਲਾਂ ਗਿਆ ਸੀ? ਇੱਕ ਡੇਢ ਕੁ ਮਹੀਨੇ ਦੇ ਲਗਭਗ ਜੀ। ਅੱਛਾ, ਹਾਂਜੀ। ਪਰਿਵਾਰ 'ਚ ਕੌਣ ਕੌਣ? ਦੋ ਭਰਾ ਸੀ, ਹੋਰ ਕੌਣ ਕੌਣ ਪਰਿਵਾਰ? ਇੱਕ ਡੈਡੀ ਆ ਇੱਕ, ਇਹਦਾ ਇੱਕ ਮੰਮੀ ਆ, ਇੱਕ ਭਰਾ ਜੀ। ਬੋਡੀ ਵਗੈਰਾ ਕਦੋਂ ਤੱਕ? ਮੈਂ ਤਾਂ ਕਹਿੰਦਾ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ। ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ, ਜਿਹੜੀ ਪਿੰਡ 'ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ। ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ, ਅਤੇ ਜਦੋਂ ਇਟਲੀ 'ਤੇ ਆਪਣੇ ਕੰਮ ਲਈ ਸਵੇਰੇ ਸਾਈਕਲ 'ਤੇ ਜਾ ਰਿਹਾ ਸੀਗਾ, ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਇਹਦੀ ਮੌਕੇ 'ਤੇ ਹੀ ਮੌਤ ਹੋ ਗਈ। ਰੋਜ਼ੀ ਰੋਟੀ ਦੀ ਤਲਾਸ਼ 'ਚ ਗਿਆ ਸੀਗਾ? ਹਾਂਜੀ, ਆਪਣੇ ਘਰੋਂ ਇੱਥੋਂ ਕੰਮ ਕਰਨ ਵਾਸਤੇ ਗਿਆ ਸੀਗਾ, ਜ਼ਮੀਨ ਘੱਟ ਹੋਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਅਤੇ ਆਪਣੇ ਪਰਿਵਾਰ ਨੂੰ ਸੈੱਟ ਕਰਾਂ ਜੀ, ਅਤੇ ਪਰ ਡੇਢ ਮਹੀਨੇ ਵਿੱਚ ਹੀ ਵਿਚਾਰੇ ਦੀ ਮੌਤ ਹੋ ਗਈ ਜੀ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੀ ਉਹਨਾਂ ਦੀ ਡੈਡ ਬੋਡੀ ਹੈ? ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਕਿ ਜਿਹੜੀ ਮੁੰਡੇ ਦੀ ਇਹ ਡੈਡ ਬੋਡੀ ਹੈ ਜੀ, ਅਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ, ਵੀ ਜਲਦੀ ਤੋਂ ਜਲਦੀ ਡੈਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ, ਅਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਿਰ ਹੋ ਸਕੇ ਜੀ। ਹੋਇਆ ਕਦੋਂ ਹੈ? ਇਹ ਵੀਰ ਜੀ ਕੱਲ੍ਹ 12 ਕੁ ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ, ਅਤੇ ਸਾਨੂੰ ਇੱਥੇ 4 ਵਜੇ ਪਤਾ ਲੱਗਿਆ ਜੀ ਵੀ ਇਹ ਦੁਰਘਟਨਾ ਹੋ ਗਈ, ਉੱਥੇ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ ਜੀ।